इस व्यापारी नूं एमपी किरण खेर तो होया खतरा। सुरक्षा लैण लई पहुंचा हाई कोर्ट। कहिंदा मैनू किरण खेर ने घर बुला के कुत्तिया। चंडीगढ़ के एमपी किरण खेर विवादां दे विच आ गए ने। किरण खेर ते एक बिजनेसमैन यानी कि व्यापारी इल्जाम लगा रहा है कि किरण खेर दे वल्लों पैसे दे लैण देण नूं करके उसनू घरे बुलाया गया, उसकी कुटमार की गई है। आओ एडवोकेट शिव कुमार दे कोलों ही जानते हैं आखिर किरण खेर दे वल्लों किसनू तंग परेशान किया गया। पटीशनर ने जी चैतन्य अग्रवाल, यह मनी माजरा के रहने वाले ने। इन्हां दी बिजनेस कुछ अपनी फाइनेंशियल ट्रांजैक्शन सी, असी रिस्पोंडेंट नंबर 2 इन्हां नूं पार्टी बनाया हुआ कि बीइंग इन्फ्लुएंशियल मैनू इन्हां तों जान माल का खतरा हो सकता है क्योंकि इन्हां ने कुछ पैसे दा इन्हां दा लैण देण सी जो एज पर दैम इन्हां ने रिटर्न करने सी ते जो ये नहीं कर पाए, लेट हो गए या जो भी इसते बिजनेस ट्रांजैक्शन सी। हालांकि मानयोग हाई कोर्ट ने इसते कोई भी कमेंट करने तो मना किया, बट उन्होंने साडी इस याचिका ते अज इमीडिएट ऑर्डर पास किए ने। अज मानयोग हाई कोर्ट दे विच ये बहस लई लग्या सी ते अज ही उन्होंने डिस्पोज ऑफ कर दिता है विद दी डायरेक्शनस टू दी होम सैक्रेटरी के सानू इमीडिएट प्रोटैक्शन दी जाए इस मैटर दे विच चैतन्य अग्रवाल जी ते उन्हां दी फैमिली नूं। ਤੇ ਫਿਲਹਾਲ ਇੱਕ ਹਫ਼ਤੇ ਵਾਸਤੇ ਉਹਨਾਂ ਨੇ ਪ੍ਰੋਟੈਕਸ਼ਨ ਦੇ ਆਰਡਰ ਕੀਤੇ ਨੇ। ਉਦੋਂ ਬਾਅਦ ਥ੍ਰੈਟ ਪਰਸੈਪਸ਼ਨ ਜੋ ਵੀ ਰਹੇਗੀ ਉਸ ਨੂੰ ਦੁਬਾਰਾ ਰੀਅਸੈਸ ਕੀਤਾ ਜਾਊਗਾ ਕਿ ਉਹ ਪ੍ਰੋਟੈਕਸ਼ਨ ਕੰਟੀਨਿਊ ਰੱਖਣੀ ਹੈ ਜਾਂ ਕੀ ਕਰਨਾ। ਕਿਵੇਂ ਥ੍ਰੈਟ ਪਰਸੈਪਸ਼ਨ ਦੀ ਯਾਨੀ ਕਿ ਇਲਜ਼ਾਮ ਕੀ ਸੀਗੇ ਕਿ ਮਾਰਪੀਟ ਹੋਈ ਹੈ ਕਿ ਕਿਰਨ ਖੇਰ ਨੇ ਘਰੇ ਬੁਲਾ ਕੇ ਮਾਰਪੀਟ ਕੀਤੀ ਸੀ? ਦੇਖੋ ਜੀ, ਔਨ ਮੈਰਿਟਸ ਪਟੀਸ਼ਨ ਦੀ ਕਾਪੀ ਦੇ ਵਿੱਚ ਜੋ ਵੀ ਅਸੀਂ ਇਲਜ਼ਾਮ ਲਾਏ ਸੀ, ਹਾਲਾਂਕਿ ਮਾਨਯੋਗ ਹਾਈ ਕੋਰਟ ਨੇ ਉਸ ਤੇ ਕੋਈ ਵੀ ਕਮੈਂਟ ਕਰਨ ਤੋਂ ਮਨਾ ਕੀਤਾ। ਉਹਨਾਂ ਨੇ ਕਿਹਾ ਕਿ ਠੀਕ ਹੈ, ਔਨ ਦੀ ਫੇਸ ਆਫ ਇਟ ਮੈਨੂੰ ਜੋ ਵੀ ਲੱਗ ਰਿਹਾ ਹੈ ਮਾਨਯੋਗ ਹਾਈ ਕੋਰਟ ਨੇ ਉਹਨੂੰ ਅਲਾਓ ਕੀਤਾ ਤੇ ਇਹਨਾਂ ਨੂੰ ਹਫ਼ਤੇ ਦੀ ਪ੍ਰੋਟੈਕਸ਼ਨ ਦਿੱਤੀ। ਹਾਂਜੀ, ਹਫਤੇ ਬਾਅਦ ਰੀਅਸੈਸ ਹੋਗੀ ਜੀ, ਜੇ ਕੰਟੀਨਿਊ ਰਹਿੰਦੀ ਹੈ ਤਾਂ ਅੱਗੇ ਕੰਟੀਨਿਊ ਹੋਗੀ। ਇਹ ਰੀਸੈਂਟ ਹੀ ਮਾਮਲਾ ਜੀ, ਇਹਨਾਂ ਦਾ ਪੈਸੇ ਦਾ ਲੈਣ ਦੇਣ ਕੁਛ ਟਾਈਮ ਪਹਿਲਾਂ ਦਾ ਚੱਲਦਾ ਆ ਰਿਹਾ ਸੀਗਾ। ਹਾਂਜੀ, ਕੁਛ ਟਾਈਮ ਪਹਿਲਾਂ ਦਾ ਚੱਲਦਾ ਆ ਰਿਹਾ ਸੀਗਾ ਤੇ ਰੀਸੈਂਟਲੀ ਇਹਨਾਂ ਨੂੰ ਘਰੇ ਬੁਲਾ ਕੇ ਥੋੜਾ ਜੋ ਇਹਨਾਂ ਦੀ ਐਲੀਗੇਸ਼ਨ ਸੀਗੇ ਡਰਾਇਆ ਧਮਕਾਇਆ ਗਿਆ, ਜਿਸ ਕਰਕੇ ਇਹਨਾਂ ਨੂੰ ਖਤਰਾ ਸੀ ਕਿ ਮੇਰੀ ਪੁਲਿਸ ਕੋਲ ਵੀ ਨਹੀਂ ਸੁਣਵਾਈ ਹੋਣੀ ਕਿਉਂਕਿ ਜੋ ਵਿਰੋਧੀ ਧਿਰ ਹੈ ਉਹ ਹਾਈਲੀ ਇਨਫਲੂਐਂਸ਼ੀਅਲ ਹੈ। ਇਸ ਕਰਕੇ ਉਹਨਾਂ ਨੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਖੜਾਇਆ ਤੇ ਹਾਈ ਕੋਰਟ ਨੇ ਵੀ ਮਾਨਯੋਗ ਹਾਈ ਕੋਰਟ ਨੇ ਵੀ ਇਸ ਤੇ ਇਮੀਡੀਏਟ ਲੈਂਦੇ ਹੋਏ ਐਕਸ਼ਨ ਇਹ ਆਰਡਰ ਪਾਸ ਕੀਤਾ ਜੀ। ਇਸ ਵਪਾਰੀ ਨੂੰ ਐਮਪੀ ਕਿਰਨ ਖੇਰ ਤੋਂ ਹੋਇਆ ਖਤਰਾ। ਸੁਰੱਖਿਆ ਲੈਣ ਲਈ ਪਹੁੰਚਿਆ ਹਾਈ ਕੋਰਟ। ਕਹਿੰਦਾ ਮੈਨੂੰ ਕਿਰਨ ਖੇਰ ਨੇ ਘਰ ਬੁਲਾ ਕੇ ਕੁੱਤਿਆ। ਚੰਡੀਗੜ੍ਹ ਦੇ ਐਮਪੀ ਕਿਰਨ ਖੇਰ ਵਿਵਾਦਾਂ ਦੇ ਵਿੱਚ ਆ ਗਏ ਨੇ। किरण खेर ते एक बिजनेसमैन यानी कि व्यापारी इल्जाम लगा रहा है कि किरण खेर दे वल्लों पैसे दे लैण देण नूं करके उसनूं घरे बुलाया गया, उसकी कुटमार की गई है। आओ एडवोकेट शिव कुमार दे कोलों ही जानते हैं आखिर किरण खेर दे वल्लों किसनूं तंग परेशान किया गया। पटीशनर ने जी चैतन्य अग्रवाल, यह मनी माजरा के रहने वाले ने। इन्हां दी बिजनेस कुछ अपनी फाइनैशियल ट्रांजैक्शन सी, ਅਸੀਂ ਰਿਸਪੋਂਡੈਂਟ ਨੰਬਰ 2 ਇਹਨਾਂ ਨੂੰ ਪਾਰਟੀ ਬਣਾਇਆ ਹੋਇਆ ਕਿ ਬੀਇੰਗ ਇਨਫਲੂਐਂਸ਼ੀਅਲ ਮੈਨੂੰ ਇਹਨਾਂ ਤੋਂ ਜਾਨ ਮਾਲ ਦਾ ਖਤਰਾ ਹੋ ਸਕਦਾ ਹੈ ਕਿਉਂਕਿ ਇਹਨਾਂ ਨੇ ਕੁਛ ਪੈਸੇ ਦਾ ਇਹਨਾਂ ਦਾ ਲੈਣ ਦੇਣ ਸੀ ਜੋ ਐਜ ਪਰ ਦੈਮ ਇਹਨਾਂ ਨੇ ਰਿਟਰਨ ਕਰਨੇ ਸੀ ਤੇ ਜੋ ਇਹ ਨਹੀਂ ਕਰ ਪਾਏ, ਲੇਟ ਹੋ ਗਏ ਜਾਂ ਜੋ ਵੀ ਇਸ ਤੇ ਬਿਜ਼ਨਸ ਟ੍ਰਾਂਜੈਕਸ਼ਨ ਸੀ। ਹਾਲਾਂਕਿ ਮਾਨਯੋਗ ਹਾਈ ਕੋਰਟ ਨੇ ਇਸ ਤੇ ਕੋਈ ਵੀ ਕਮੈਂਟ ਕਰਨ ਤੋਂ ਮਨਾ ਕੀਤਾ, ਬਟ ਉਹਨਾਂ ਨੇ ਸਾਡੀ ਇਸ ਯਾਚਿਕਾ ਤੇ ਅੱਜ ਇਮੀਡੀਏਟ ਆਰਡਰ ਪਾਸ ਕੀਤੇ ਨੇ। ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਬਹਿਸ ਲਈ ਲੱਗਿਆ ਸੀ ਤੇ ਅੱਜ ਹੀ ਉਹਨਾਂ ਨੇ ਡਿਸਪੋਜ ਆਫ ਕਰ ਦਿੱਤਾ ਵਿਦ ਦੀ ਡਾਇਰੈਕਸ਼ਨਸ ਟੂ ਦੀ ਹੋਮ ਸੈਕਰਟਰੀ ਕਿ ਸਾਨੂੰ ਇਮੀਡੀਏਟ ਪ੍ਰੋਟੈਕਸ਼ਨ ਦਿੱਤੀ ਜਾਵੇ ਇਸ ਮੈਟਰ ਦੇ ਵਿੱਚ ਚੈਤਨਿਆ ਅਗਰਵਾਲ ਜੀ ਤੇ ਉਹਨਾਂ ਦੀ ਫੈਮਿਲੀ ਨੂੰ। ਤੇ ਫਿਲਹਾਲ ਇੱਕ ਹਫ਼ਤੇ ਵਾਸਤੇ ਉਹਨਾਂ ਨੇ ਪ੍ਰੋਟੈਕਸ਼ਨ ਦੇ ਆਰਡਰ ਕੀਤੇ ਨੇ। ਉਦੋਂ ਬਾਅਦ ਥ੍ਰੈਟ ਪਰਸੈਪਸ਼ਨ ਜੋ ਵੀ ਰਹੇਗੀ ਉਸ ਨੂੰ ਦੁਬਾਰਾ ਰੀਅਸੈਸ ਕੀਤਾ ਜਾਊਗਾ ਕਿ ਉਹ ਪ੍ਰੋਟੈਕਸ਼ਨ ਕੰਟੀਨਿਊ ਰੱਖਣੀ ਹੈ ਜਾਂ ਕੀ ਕਰਨਾ। ਕਿਵੇਂ ਥ੍ਰੈਟ ਪਰਸੈਪਸ਼ਨ ਦੀ ਯਾਨੀ ਕਿ ਇਲਜ਼ਾਮ ਕੀ ਸੀਗੇ ਕਿ ਮਾਰਪੀਟ ਹੋਈ ਹੈ ਕਿ ਕਿਰਨ ਖੇਰ ਨੇ ਘਰੇ ਬੁਲਾ ਕੇ ਮਾਰਪੀਟ ਕੀਤੀ ਸੀ? ਦੇਖੋ ਜੀ, ਔਨ ਮੈਰਿਟਸ ਪਟੀਸ਼ਨ ਦੀ ਕਾਪੀ ਦੇ ਵਿੱਚ ਜੋ ਵੀ ਅਸੀਂ ਇਲਜ਼ਾਮ ਲਾਏ ਸੀ, ਹਾਲਾਂਕਿ ਮਾਨਯੋਗ ਹਾਈ ਕੋਰਟ ਨੇ ਉਸ ਤੇ ਕੋਈ ਵੀ ਕਮੈਂਟ ਕਰਨ ਤੋਂ ਮਨਾ ਕੀਤਾ। ਉਹਨਾਂ ਨੇ ਕਿਹਾ ਕਿ ਠੀਕ ਹੈ, ਔਨ ਦੀ ਫੇਸ ਆਫ ਇਟ ਮੈਨੂੰ ਜੋ ਵੀ ਲੱਗ ਰਿਹਾ ਹੈ ਮਾਨਯੋਗ ਹਾਈ ਕੋਰਟ ਨੇ ਉਹਨੂੰ ਅਲਾਓ ਕੀਤਾ ਤੇ ਇਹਨਾਂ ਨੂੰ ਹਫ਼ਤੇ ਦੀ ਪ੍ਰੋਟੈਕਸ਼ਨ ਦਿੱਤੀ। ਹਾਂਜੀ, ਹਫਤੇ ਬਾਅਦ ਰੀਅਸੈਸ ਹੋਗੀ ਜੀ, ਜੇ ਕੰਟੀਨਿਊ ਰਹਿੰਦੀ ਹੈ ਤਾਂ ਅੱਗੇ ਕੰਟੀਨਿਊ ਹੋਗੀ। ਇਹ ਰੀਸੈਂਟ ਹੀ ਮਾਮਲਾ ਜੀ, ਇਹਨਾਂ ਦਾ ਪੈਸੇ ਦਾ ਲੈਣ ਦੇਣ ਕੁਛ ਟਾਈਮ ਪਹਿਲਾਂ ਦਾ ਚੱਲਦਾ ਆ ਰਿਹਾ ਸੀਗਾ। ਹਾਂਜੀ, ਕੁਛ ਟਾਈਮ ਪਹਿਲਾਂ ਦਾ ਚੱਲਦਾ ਆ ਰਿਹਾ ਸੀਗਾ ਤੇ ਰੀਸੈਂਟਲੀ ਇਹਨਾਂ ਨੂੰ ਘਰੇ ਬੁਲਾ ਕੇ ਥੋੜਾ ਜੋ
ਇਹਨਾਂ ਦੀ ਐਲੀਗੇਸ਼ਨ ਸੀ ਕਿ ਡਰਾਇਆ ਧਮਕਾਇਆ ਗਿਆ, ਜਿਸ ਕਰਕੇ ਇਹਨਾਂ ਨੂੰ ਖਤਰਾ ਸੀ ਕਿ ਮੇਰੀ ਪੁਲਿਸ ਕੋਲ ਵੀ ਨਹੀਂ ਸੁਣਵਾਈ ਹੋਣੀ ਕਿਉਂਕਿ ਜੋ ਵਿਰੋਧੀ ਧਿਰ ਹੈ ਉਹ ਹਾਈਲੀ ਇਨਫਲੂਐਂਸ਼ੀਅਲ ਹੈ। ਇਸ ਕਰਕੇ ਉਹਨਾਂ ਨੇ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਖੜਾਇਆ ਅਤੇ ਹਾਈਕੋਰਟ ਨੇ ਵੀ ਮਾਨਯੋਗ ਹਾਈਕੋਰਟ ਨੇ ਵੀ ਇਸ 'ਤੇ ਇਮੀਡੀਏਟ ਲੈਂਦੇ ਹੋਏ ਐਕਸ਼ਨ ਇਹ ਆਰਡਰ ਪਾਸ ਕੀਤਾ ਜੀ।